ਅੱਜ ਸਵੇਰੇ ਕਰੀਬ 7:15 ਵਜੇ ਨਾਲ ਇੱਕ ਵੱਡਾ ਹਾਦਸਾ ਜਿਹੜਾ ਵਾ ਵਾਪਰਿਆ, ਜਿਸ ਵਿੱਚ ਨਜ਼ਦੀਕੀ ਬੁੱਟਰ ਸੀਵੇਂ ਦੇ ਇੱਕ ਖੰਡ ਮਿਲ ਦਾ ਟਰੱਕ ਜਿਹੜਾ ਸੀਗਾ, ਜਿੱਥੇ ਕਿ ਗੰਨਾ ਲੱਦਿਆ ਹੋਇਆ ਸੀਗਾ ਕਿ ਪਿੰਡ ਦੌਲਣਗੋਲ ਤੋਂ ਆ ਰਿਹਾ ਸੀ ਬਾਬਾ ਬਕਾਲਾ ਸਾਹਿਬ ਨੂੰ, ਕਿ ਬਾਬਾ ਬਕਾਲਾ ਸਾਹਿਬ ਚੌਂਕ ਲਾਗੇ ਜਾਣੀ ਕਿ 11,000 ਵੋਲਟ ਦੀਆਂ ਤਾਰਾਂ ਸੀ, ਉਹਦੇ ਨਾਲ ਟੱਚ ਕਰ ਗਿਆ। ਟੱਚ ਕਰਨ ਤੋਂ ਬਾਅਦ ਕੀ ਹੋ ਗਿਆ, ਸਪਾਰਕਿੰਗ ਤੋਂ ਬਾਅਦ ਉਸ ਗੰਨੇ ਨੂੰ ਅੱਗ ਲੱਗ ਗਈ ਔਰ ਕਾਫੀ ਸਾਰਾ ਜਿਹੜਾ ਨੁਕਸਾਨ ਜਿਹੜਾ ਹੋਇਆ, ਲੇਕਿਨ ਜਾਨੀ ਮਾਲੀ ਨੁਕਸਾਨ ਹੋਣ ਤੋਂ ਬਹੁਤ ਜ਼ਿਆਦਾ ਬਚਾਅ ਹੋ ਗਿਆ। ਇਹ ਤਕਰੀਬਨ ਸਵੇਰੇ 7:15 ਵੀ ਕਰਨਾ ਬਿਜਲੀ ਬੋਰਡ ਵਾਲਿਆਂ ਨੇ ਸੰਪਰਕ ਕੀਤਾ ਗਿਆ, ਉਹਨਾਂ ਕਿਹਾ 11,000 ਜਿਹੜੀ 11 KV ਜਾ ਰਹੀ ਸੀ ਉਹਦੇ ਨਾਲ ਇਹ ਟੱਚ ਕਰ ਗਿਆ, ਕਿਉਂਕਿ ਤਾਰਾਂ ਨੀਵੀਆਂ ਸੀ ਅਤੇ ਟਰੱਕ 'ਤੇ ਮਾਲ ਜ਼ਿਆਦਾ ਲੱਦਿਆ ਹੋਇਆ ਸੀਗਾ, ਇਸ ਕਰਕੇ ਉਹ ਟੱਚ ਕਰਕੇ ਸਪਾਰਕ ਕਰ ਗਿਆ। ਲੇਕਿਨ ਕੋਈ ਵੀ ਜਾਨੀ ਮਾਲੀ ਨੁਕਸਾਨ ਜਿਹੜਾ ਬਹੁਤ ਨਹੀਂ ਹੋਇਆ, ਲੇਕਿਨ ਇਹਦੇ ਨਾਲ ਹੋਣ ਦੇ ਨਾਲ ਸਾਰੇ ਇਲਾਕੇ ਵਿੱਚ ਸਾਰੀ ਧੂੰਆਂ ਹੀ ਧੂੰਆਂ ਜਿਹੜਾ ਉਹ ਫੈਲ ਗਿਆ ਔਰ ਜਿਹੜੀ ਲਾਈਟ ਵਾ ਉਹ ਬਿਜਲੀ ਵਿਭਾਗ ਵੱਲੋਂ ਫਿਰ ਦੁਬਾਰਾ ਚਾਲੂ ਕਰ ਦਿੱਤੀ ਗਈ ਆ। ਔਰ ਇਸ ਹਾਦਸੇ ਦੌਰਾਨ ਅਸੀਂ ਹੋਰ ਵੀ ਜਾਣਕਾਰੀ ਹਾਸਲ ਕਰਾਂਗੇ ਕਿ ਟਰੱਕ ਦਿਖਾਵਾਂਗੇ ਕਿ ਕਿਵੇਂ ਅੱਗ 'ਤੇ ਕਾਬੂ ਪਾਇਆ ਜਾ ਰਿਹਾ। ਅਜੇ ਤੱਕ ਕੋਈ ਫਾਇਰ ਬ੍ਰਿਗੇਡ ਦੀ ਗੱਡੀ ਜਿਹੜੀ ਆ ਉਹ ਅਜੇ ਤੱਕ ਨਹੀਂ ਆਈ, ਅਜੇ ਤੱਕ ਕੋਈ ਗੱਡੀ ਜਿਹੜੀ ਉਹ ਨਹੀਂ ਆਈ ਔਰ ਇਸ 'ਤੇ ਪਾਣੀ ਪਾ ਕੇ ਜਿਹੜੇ ਕਰਮਚਾਰੀ ਆ, ਕੋਈ ਨਗਰ ਪੰਚਾਇਤ ਦੇ ਕਰਮਚਾਰੀ ਜਿਹੜੇ ਨੇ ਉਹ ਇਹਦੇ 'ਤੇ ਪਾਣੀ ਪਾ ਕੇ ਅਤੇ ਇਸ 'ਤੇ ਕਾਬੂ ਕਰਨ ਦੀ ਕੋਸ਼ਿਸ਼ ਕਰ ਰਹੇ ਨੇ, ਲੇਕਿਨ ਅੱਗ ਜਿਹੜੀ ਆ ਹਵਾ ਦਾ ਰੁੱਖ ਤੇਜ਼ ਹੋਣ ਕਰਕੇ ਜਿਹੜੀ ਆ ਉਹ ਬਿਲਕੁਲ ਅਜੇ ਅੱਗੇ ਨਾਲੋਂ ਤੇਜ਼ ਹੁੰਦੀ ਜਾ ਰਹੀ ਆ ਔਰ ਤੇਜ਼ ਹੁੰਦੀ ਜਾ ਰਹੀ ਆ। ਕੈਮਰਾਮੈਨ ਜੁਗੇਸ਼ ਦੇ ਨਾਲ ਰਕੇਸ਼ ਕੁਮਾਰ, PTC ਨਿਊਜ਼, ਬਾਬੂਗੜ੍ਹ ਸਾਹਿਬ। ਉੱਪਰ ਨਾ ਲਾ ਦੇ ਪਿੱਛੇ ਪੈਰ।